ਐਰੀਓ ਕਬੱਡੀ ਫੈਡਰੇਸ਼ਨ ਦੇ ਚੈਨਲ ਵੱਲੋਂ ਔਰ ਹੁਣ ਆਪਾਂ ਗੱਲ ਕਰਦੇ ਆਂ ਇਸੇ ਟੀਮ ਦੇ ਖਿਡਾਰੀਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਅਮਨ ਦਿਓਰਾ ਔਰ ਰਵੀ ਦਿਓਰਾ ਬੜੇ ਭਾਗਾਂ ਵਾਲੇ ਲੜਕੇ ਨੇ ਕਿ ਦੋਨੋਂ ਭਰਾ ਹੀ ਇਸ ਟੀਮ ਨੂੰ ਰੀਪ੍ਰੈਜ਼ੈਂਟ ਕਰਦੇ ਨੇ ਰਵੀ ਜੀ ਵੈਸੇ ਤਾਂ ਤੁਹਾਡੇ ਲਈ ਕੋਈ ਮੈਚ ਵੀ ਹਲਕਾ ਨਹੀਂ ਹੁੰਦਾ ਤੇ ਜਾਫੀਆਂ ਦੀ ਜਿਹੜੀ ਨਿਗਾਹ ਉਹ ਤੁਹਾਨੂੰ ਜੱਫਾ ਲਾਉਣਾ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਤੇ ਕਿਸ ਤਰ੍ਹਾਂ ਅੱਜ ਵੀ ਮੈਚ ਹੈ ਜਿਹੜਾ ਬੜਾ ਕਾਂਟੇਦਾਰ ਚੈਂਪੀਅਨ ਟੀਮ ਨਾਲ ਖੇਡਿਆ ਗਿਆ ਕਿਵੇਂ ਮੈਚ ਸੀਗਾ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਵ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਜਿਹੜੀ ਸਾਹਮਣੇ ਟੀਮ ਬ੍ਰੈਂਪਟਨ ਦੀ ਬਹੁਤ ਤਗੜੀ ਟੀਮ ਹੈ ਸਾਡੀ ਟੀਮ ਵੀ ਬੈਲੈਂਸ ਸੀਗੀ ਤੇ ਬਹੁਤ ਵਧੀਆ ਮੈਚ ਲੱਗਿਆ ਟਫ ਕੰਪੀਟੀਸ਼ਨ ਸੀਗਾ ਤੇ ਅਸੀਂ ਜ਼ੋਰ ਮਾਰਿਆ ਟੀਮ ਵਰਕ ਕਰਿਆ ਅਸੀਂ ਮੈਚ ਵਿਨ ਕੀਤਾ ਵਧੀਆ ਮੈਚ ਲੱਗਾ ਪੂਰਾ ਕੋਈ ਐਸਾ ਕੋਈ ਟੀਮ ਕਿਸੇ ਦੀ ਜਾਫ ਲਾਈਨ ਤੇ ਸਭ ਤੋਂ ਵੱਧ ਰੇਡਾਂ ਕਰਨ ਦਾ ਸਵਾਦ ਆਉਂਦਾ ਵੀ ਮੈਂ ਯਾਰ ਜੇ ਉਹਨਾਂ ਤੋਂ ਪੁਆਇੰਟ ਲੈਣਾ ਤਾਂ ਇੱਕ ਨਵਾਂ ਹੀ ਚੈਲੰਜ ਹੁੰਦਾ ਹੈ ਅਸੀਂ ਤਾਂ ਸਾਰਿਆਂ ਨੂੰ ਸੇਮੇ ਸਮਝਿਆ ਵੀ ਜਿਹੜਾ ਗਰਾਊਂਡ 'ਚ ਆ ਗਿਆ ਸਾਰੇ ਹੀ ਤਕੜੇ ਨੇ ਤੇ ਆਪਾਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਆਪਣਾ ਬੈਸਟ ਦਈਏ ਤੇ ਆਪਾਂ ਆਪਣਾ ਬੈਸਟ ਦਿੰਦੇ ਹਾਂ ਜੀ ਅੱਜ ਕੀ ਧਾਰ ਕੇ ਆਏ ਸੀ ਕੱਲ੍ਹ ਤੁਹਾਡਾ ਟੂਰਨਾਮੈਂਟ ਨਹੀਂ ਹੋ ਸਕਿਆ ਸੀ ਤੇ ਦੋ ਟੂਰਨਾਮੈਂਟ ਦੀ ਜੋਗਰੀ એનર્ਜੀ ਤੁਸੀਂ ਇਕੱਠੀ ਕਰੀ ਹੋਈ ਸੀ ਤੇ ਅੱਜ ਲੱਗਦਾ ਸਾਰੀ ਦਿਖਾਓਗੇ ਜਲਵਾ ਹਾਂਜੀ ਹਾਂਜੀ ਕੱਲ੍ਹ ਜਿਹੜਾ ਸਾਡਾ ਟੂਰਨਾਮੈਂਟ ਸੀਗਾ ਘਰ ਦਾ ਕੈਨਸਲ ਹੋ ਗਿਆ ਮੀਂਹ ਕਾਰਨ ਤੇ ਅੱਜ ਆਪਾਂ ਜ਼ੋਰ ਮਾਰਿਆ ਤੇ ਹੁਣ ਸਾਰੇ ਦਿਨ ਜ਼ੋਰੇ ਮਾਰਨਾ ਦੇਖ ਟੀਮ ਨੂੰ ਚੈਂਪੀਅਨ ਬਣਾਵਾਂਗੇ ਜ਼ੋਰ ਮਾਰ ਕੇ ਇਹੀ ਸੋਚ ਕੇ ਆਏ ਹਾਂ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਰਵੀ ਔਰ ਰਵੀ ਦਾ ਛੋਟਾ ਵੀਰ ਅਮਨ ਔਰ ਜਿਨ੍ਹਾਂ ਨੇ ਬੜੇ ਫੈਸਲਾ ਕੁੰਨ ਜੱਫੇ ਲਾਏ ਤੇ ਬੇਟਾ ਕਿਵੇਂ ਲੱਗਦਾ ਕਿ ਆਪਣੇ ਵੱਡੇ ਭਰਾ ਦੀ ਛਤਰ ਛਾਇਆ ਦੇ ਵਿੱਚ ਐਡੀ ਵੱਡੀ ਕਬੱਡੀ ਖੇਡ ਰਹੇ ਹਾਂ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਰਾਮ ਰਾਮ ਸਾਰਿਆਂ ਨੂੰ ਪਹਿਲਾਂ ਤਾਂ ਮੇਰੀ ਰਵੀ ਦੀ ਛਤਰ ਛਾਇਆ ਤੇ ਖੇਡਦੇ ਬਾਈ ਵਧੀਆ ਲੱਗਦਾ ਰਵੀ ਕਰਕੇ ਹੀ ਆ ਜੋ ਗੁੱਸਾ ਅੱਜ ਤੱਕ ਰਵੀ ਕਰਕੇ ਹੀ ਆ ਬਾਈ ਵਧੀਆ ਲੱਗਦਾ ਖੇਡ ਕੇ ਬਾਈ ਨਾਲ ਕਿੰਨਾ ਕੁ ਰਵੀ ਦਾ ਦਬਾਅ ਹੁੰਦਾ ਕਿ ਇਹਦਾ ਤੁਹਾਨੂੰ ਹੌਸਲਾ ਹੁੰਦਾ ਗਰਾਊਂਡ 'ਚ ਖੜੇ ਦਾ ਨਾਲ ਨਾ ਬਾਈ ਦਬਾਅ ਨਹੀਂ ਹੁੰਦਾ ਹੌਸਲਾ ਹੁੰਦਾ ਕਹਿੰਦਾ ਖੁੱਲ੍ਹ ਕੇ ਖੇਡ ਕੋਈ ਚੱਕਰ ਨਹੀਂ ਤੇਰਾ ਭਰਾ ਹੈਗਾ ਮੈਂ ਵੀ ਮੰਨਦਾ ਵੀ ਭਰਾ ਨਾਲ ਹੈ ਤਾਂ ਕੋਈ ਚੱਕਰ ਨਹੀਂ ਖੁੱਲ੍ਹ ਕੇ ਖੇਡਦੇ ਹਾਂ ਬਾਈ ਕੋਈ ਦਿੱਕਤ ਨਹੀਂ ਕਿੰਨੀ ਉਮਰ ਹੈ ਤੁਹਾਡੀ ਮੇਰੀ ਬਾਈ 22 ਸਾਲ ਹੋ ਗਈ ਉਮਰ ਤੇ ਇਹ ਰਵੀ ਦੀ ਹੋ ਗਈ 25 ਤੇ ਇਸੇ ਤਰ੍ਹਾਂ ਹੀ ਕੋਈ ਕੋਚ ਕੋਈ ਜਿਹੜਾ ਜਿਨ੍ਹਾਂ ਦੀ ਬਦੌਲਤ ਤੁਸੀਂ ਆਪਣੇ ਚਲੋ ਮਾਂ ਪਿਓ ਪਰਮਾਤਮਾ ਤੋਂ ਬਾਅਦ ਆਪਾਂ ਇੱਕੋ ਹੀ ਨਾ ਕੋਈ ਬੰਦਾ ਹੁੰਦਾ ਜਿਹੜਾ ਉਂਗਲ ਫੜ ਕੇ ਤੁਹਾਨੂੰ ਇੱਥੇ ਲੈ ਕੇ ਆਇਆ ਮਤਲਬ ਪਿੰਡ ਦੇ ਆਪਣੇ ਸੀਨੀਅਰ ਪਲੇਅਰ ਆ ਜਿਹੜਾ ਉਹਦੇ ਨਾਲ ਕਰੀ ਆ ਮਿਹਨਤ ਮੁਹਨਤ ਗਰਾਊਂਡ ਜਿੱਦਾਂ ਗਾਉਂ 'ਚ ਤਾਂ ਆਪਣੇ ਉਸਤਾਦ ਬਿੱਟੂ ਉਸਤਾਦ ਆਪਣਾ ਭਾਈ ਆ ਵੱਡਾ ਲਾ ਲਓ ਬਿੱਟੂ ਭੋਲੇ ਵਾਲੀ ਆ ਉਹਦੇ ਨਾਲ ਖੇਡਦੇ ਹਾਂ ਜਿੱਦਾਂ ਰਵੀ ਸ਼ੁਰੂ ਤੋਂ ਹੀ ਉਹਦੇ ਨਾਲ ਹੀ ਖੇਡਦਾ ਅਸੀਂ ਵੀ ਉਹਦੇ ਨਾਲ ਖੇਡਦੇ ਹਾਂ ਬਈ ਉਹ ਆਪਣੇ ਨਾਲ ਬਹੁਤ ਪਿਆਰ ਆ ਉਹਦੇ ਨਾਲ ਮਤਲਬ ਵਧੀਆ ਉਸਤਾਦ ਨਾਲ ਉਹ ਆਪਣੇ ਅੱਗੇ ਲੈ ਕੇ ਆਇਆ ਇੱਥੇ ਚਲੋ ਬੇਟਾ ਬਹੁਤ ਬਹੁਤ ਸ਼ੁਭਕਾਮਨਾਵਾਂ ਉਮੀਦ ਕਰਦੇ ਹਾਂ ਅਗਲੇ ਮੈਚਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕਰੋਗੇ ਔਰ ਬੈਸਟ ਵਿਸ਼ਿਜ਼ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਦਾ